ਅਸਲਾਮ ਵਾਲੇਕੁਮ ਜੀ, ਅਸੀਂ ਦੀਪਾਲਪੁਰ ਦੇ ਨਜ਼ਦੀਕ ਡੋਲਾ ਪੁਖਤਾ ਮੀਆਂ ਮਨਸੂਰ ਡੋਲਾ, ਉਹਦੇ 50 ਕਿਊਬਿਕ ਮੀਟਰ ਬਾਇਓਗੈਸ ਪਲਾਂਟ ਕੰਪਲੀਟ ਕਰ ਦਿੱਤਾ ਜੀ। ਇਹ ਦੇਖ ਸਕਦੇ ਜੇ ਇਹਦੇ ਅਸੀਂ ਅੱਗੇ ਵਾਇਰਿੰਗ ਕਰਕੇ ਕਿਚਨ ਤੱਕ ਇਹਦੀ ਪਾਈਪਲਾਈਨ ਲਗਾ ਦਿੱਤੀ ਹੈ ਤਾਂ ਕਿ ਕਿਚਨ ਦੇ ਵਿੱਚ ਚੁੱਲ੍ਹੇ ਚਲਾਏ ਜਾਣ। ਇਨਲੈਟ ਡਾਇਜੈਸਟ ਆਊਟਲੈਟ ਜੀ, ਗੋਬਰ ਨਿਕਲ ਰਿਹਾ ਜੀ। ਅੱਗੇ ਪੈਪ ਲਗਾਇਆ ਜੀ, ਅਤੇ ਪੈਪ ਦੇ ਵਿੱਚੋਂ ਗੋਬਰ ਬਾਹਰ ਨਿਕਲੇਗਾ ਜਿਹੜਾ ਜ਼ਮੀਨਾਂ ਦੇ ਵਿੱਚ ਇਸਤੇਮਾਲ ਹੋਏਗਾ ਟੂਬਲ ਦੇ ਪਾਣੀ ਨਾਲ ਮਿਕਸ ਕਰਕੇ। ਅੱਗੇ ਤੁਹਾਨੂੰ ਅਸੀਂ ਚੁੱਲ੍ਹੇ ਚੱਲਦੇ ਹੋਏ ਦਿਖਾਉਂਦੇ ਹਾਂ। ਮੁਰਗੀ ਫਾਰਮ ਹੈ ਜੀ, ਜਿਹਦਾ ਗੋਬਰ ਬਾਇਓਗੈਸ ਦੇ ਵਿੱਚ ਇਸਤੇਮਾਲ ਕਰ ਰਹੇ ਨੇ। ਆ ਜਾਨਵਰ ਦੇਖ ਸਕਦੇ ਜੇ, ਜਿਹਨਾਂ ਦੇ ਕੋਲ ਜਾਨਵਰ ਹੈ ਨਾ, ਬਾਇਓਗੈਸ ਪਲਾਂਟ ਲਗਵਾਉਣ, ਉਹਦੇ 'ਤੇ ਜ਼ਿਆਦਾ ਤੋਂ ਜ਼ਿਆਦਾ ਫਾਇਦਾ ਉਠਾਉਣ। ਕਿਸ ਤਰ੍ਹਾਂ ਚੱਲ ਰਿਹਾ ਜੀ, ਤੈਅ ਵਾਲਾ ਚੁੱਲ੍ਹਾ ਚੱਲ ਰਿਹਾ ਜੀ। ਬਾਇਓਗੈਸ ਦਾ ਪ੍ਰੈਸ਼ਰ ਵੇਖੋ, ਕਿਤਨਾ ਪ੍ਰੈਸ਼ਰ ਹੈ ਮਾਸ਼ਾਅੱਲਾ। ਚੁੱਲ੍ਹਾ ਚੱਲ ਰਿਹਾ ਜੀ ਬਹੁਤ ਪ੍ਰੈਸ਼ਰ ਦੇ ਨਾਲ, ਬਹੁਤ ਬਿਹਤਰੀਨ ਚੱਲ ਰਿਹਾ। ਦੋ ਚੁੱਲ੍ਹੇ ਚੱਲ ਰਹੇ ਨੇ, ਬਹੁਤ ਬਿਹਤਰੀਨ ਚੱਲ ਰਹੇ ਨੇ ਚੁੱਲ੍ਹੇ। ਤੀਸਰੇ ਕਿਚਨ ਦੇ ਵਿੱਚ ਚੁੱਲ੍ਹਾ ਚੱਲ ਰਿਹਾ ਜੀ, ਤਿੰਨ ਕਿਚਨ ਦੇ ਵਿੱਚ ਚੁੱਲ੍ਹੇ ਚਲਾ ਰਹੇ ਨੇ, ਬਹੁਤ ਬਿਹਤਰੀਨ ਚੱਲ ਰਹੇ ਨੇ। ਦੇਖ ਸਕਦੇ ਜੀ ਜੀ ਬਾਇਓਗੈਸ ਕਿਸ ਤਰ੍ਹਾਂ ਚੱਲ ਰਿਹਾ ਜੀ।